तो हम जी जा रहे हैं बटोत, तो आपको मिलते हैं रास्ते में। ये हमारा बम्बू काट, इसमें हम जाएंगे और यूनिवर्सिटी गुरुद्वारा साहब क्रॉस किया, तो अपनी लोकेशन वास्ते जा रहे हैं। असि बटोत जा रहे हैं, तो बटोत उधमपुर तो लगभग कोई 40 किलोमीटर है, तो असि चनैन जो टनल है नासिक चनैनी टनल उस वे तो जावे, पत्नीटॉप नहीं जावे, तो मिलते हैं अगे। होटल देवका पहुंच चुके हैं, तो होर गए न कि दसो साड़ी लुक कि लग रही है, बड़े सोहने लग रहे हैं, सानू पता ही है, बाकी तुम कमेंट करके दस सकते हो अदा कि लग रहे हैं। चश्मा बहुत ही ऑर्डर से बनवाया गया, तो जेकर चंगा लग गया तो लाइक कर दो वीडियो, कमेंट एंड शेयर दसो। श्री रामदास चौक फाइनली जोड़े भी कम सन साडे उधमपुर सारे पूरे हो गए हैं, हूँ साडा ओनली एंड ओनली डेस्टिनेशन है बटोत, तो असं बटोत जा रहे हैं, तो हम तुम मिलते हैं जखैनी पार्क पार करके। ओके ओपन उधमपुर, और यहाँ पे जखैनी चौक पहुँच चुके हैं, वहाँ स्लाइडिंग एरिया शहरी खैरी एरिया।
ਮਾਤਾ ਪੈਸੇ ਦੇ ਰਹੇ ਸਨ, ਕਹਿੰਦੇ ਨਹੀਂ ਸਰਦਾਰ ਨਹੀਂ ਫਰੀ ਹੈ, ਜਾਓ ਜਾਓ। ਠੀਕ ਹੈ, ਇਹ ਆ ਗਿਆ ਜੀ ਸਾਡਾ ਟਨਲ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਟਨਲ। ਟਨਲ ਦੇ ਖਤਮ ਹੋਣ ਦਾ ਨਹੀਂ ਆ ਰਿਹਾ, ਅਬਾਊਟ ਨੌ ਸੌ ਦਾ ਟਨਲ ਵੀ ਕੰਮ ਕਵਰ। ਹੋਰ ਕਿਤਨਾ ਗਿਆ, ਬਹੁਤ ਜ਼ਿਆਦਾ ਦਿਲ ਤੋਂ ਚੱਲ ਰਹੇ ਯਾਰ, ਇੱਦਾਂ ਨਾਲ ਖਤਮ ਹੀ ਨਹੀਂ ਹੋ ਰਿਹਾ। ਉਹ ਪਤਾ ਨਹੀਂ ਕਦੋਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਅਤੇ ਨਾਨੂ ਜੀ ਹੋਰ ਨਾਲ ਹਨ, ਅਤੇ ਬਕੋਰ ਤੋਂ ਥੋੜ੍ਹੀ ਜਿਹੀ ਦੂਰ 'ਚ, ਬਸ ਕੋਈ 200-300 ਮੀਟਰ ਦੀ ਦੂਰੀ ਵਿੱਚ ਹੈ ਗੁਰਦੁਆਰਾ ਸਾਹਿਬ। ਮਿਲਦੇ ਹਾਂ ਗੁਰਦੁਆਰਾ ਸਾਹਿਬ। ਗੁਰਦੁਆਰਾ ਬਣ ਰਿਹਾ ਬਟੋਤ ਵਿੱਚ, ਇਹਦੀ ਕੰਸਟਰਕਸ਼ਨ ਅਜੇ ਚੱਲ ਰਹੀ ਆ। ਅਤੇ ਅਜੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਬਾਕੀ ਇਹ ਗੁਰਦੁਆਰਾ ਜਿਹੜਾ ਬਣ ਰਿਹਾ ਇੱਥੇ। ਇਹ ਨਵਾਂ ਗੁਰਦੁਆਰਾ ਜਿਹੜਾ ਕੰਸਟਰਕਟ ਹੋ ਰਿਹਾ, ਅਤੇ ਨਵਾਂ ਗੁਰਦੁਆਰਾ ਤੁਸੀਂ ਵੇਖ ਲਿਆ ਅੰਦਰ ਨੂੰ, ਅਤੇ ਉੱਥੇ ਉਹ ਸਾਹਮਣੇ ਜਿਹੜਾ ਦਿਖ ਰਿਹਾ ਨਾ ਉਹ ਆ ਪੁਰਾਣਾ ਗੁਰਦੁਆਰਾ ਇਹ ਸਾਹਮਣੇ। ਅਤੇ ਇੱਥੇ ਅਸੀਂ ਜਾਵਾਂਗੇ, ਅਤੇ ਇਹਨੂੰ ਸੀੜੀਆਂ ਤੋਂ ਰਸਤਾ ਇਹਦਾ, ਅਤੇ ਚੱਲਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਚੱਲਣਾ। ਇਹ ਸੀੜੀਆਂ ਤੋਂ ਰਸਤਾ ਹੈ ਗੁਰਦੁਆਰਾ ਸਾਹਿਬ ਦਾ, ਪੁਰਾਣੇ ਗੁਰਦੁਆਰਾ ਸਾਹਿਬ ਦਾ, ਅਤੇ ਕਮ ਸੇ ਕਮ ਕੋਈ 300-400 ਹੋਏ ਜਿਹੜੀ ਸੀੜੀਆਂ ਨੇ ਇਹਦੇ ਚੜ੍ਹਦੇ ਹਾਂ। ਇਹ ਗੁਰਦੁਆਰੇ ਵਾਲਾ ਸੀੜੀਆਂ ਵਾਲਾ ਰਸਤਾ ਜਿਹੜਾ ਤੁਸੀਂ ਵੇਖ ਰਹੇ ਹੋ, ਅਤੇ ਇੱਕੋ ਰਸਤਾ ਦੂਸਰੀ ਸਾਈਡ ਤੋਂ ਉੱਧਰੋਂ ਗੱਡੀਆਂ ਜਿਹੜੀਆਂ ਉਹ ਆ ਸਕਦੀਆਂ, ਅਤੇ ਉਸ ਰਸਤੇ ਅਗਰ ਪੋਸੀਬਲ ਹੋਇਆ ਤਾਂ ਉਹ ਵੀ ਦਿਖਾਉਣਗੇ ਤੁਹਾਨੂੰ। ਫਿਲਹਾਲ ਤਾਂ ਅਸੀਂ ਹੁਣ ਪੁੱਜ ਗਏ ਹਾਂ, ਬਸ ਹੋਰ ਕੋਈ 10-15 ਸੀੜੀਆਂ। ਇਹ ਆ ਪੁਰਾਣਾ ਗੁਰਦੁਆਰਾ ਸਾਹਿਬ। ਇਸ ਗੁਰਦੁਆਰੇ ਦਾ ਵੀ ਕੰਸਟਰਕਸ਼ਨ ਜਿਹੜਾ ਚੱਲ ਰਿਹਾ, ਥੱਲੇ ਗੁਰਦੁਆਰਾ ਸਾਹਿਬ ਹੁੰਦਾ ਸੀ, ਇਸ ਟਾਈਮ ਦੀ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ। ਇੱਥੇ
ਰਸਤਾ ਜਿਹੜਾ ਜਿੱਥੋਂ ਗੱਡੀ ਵਗੈਰਾ ਆ ਸਕਦੀ ਹੈ ਇੱਕ ਰਸਤਾ ਹੈ। ਜਿਹੜਾ ਪੁਰਾਣਾ ਗੁਰਦੁਆਰਾ ਸੀ ਉੱਥੋਂ ਹੀ ਮੱਥਾ ਟੇਕ ਕੇ ਆ ਗਏ, ਹੁਣ ਜਾ ਰਹੇ ਹਾਂ ਆਪਣੇ ਘਰ ਵਾਪਿਸ ਜਿੱਥੇ ਅਸੀਂ ਸਟੇ ਕਰਨਾ ਅਤੇ ਚੱਲਦੇ ਹਾਂ। ਦਰਸ਼ਨ ਕਰਕੇ ਆ ਗਏ ਹਾਂ ਗੁਰਦੁਆਰਾ ਸਾਹਿਬ ਦੋਨੋਂ ਦੇ ਅਤੇ ਹੁਣ ਜਾ ਰਹੇ ਹਾਂ ਘਰ। ਘਰ ਵੀ ਪੁੱਜ ਗਏ ਹਾਂ ਲਗਭਗ ਅਤੇ ਬਾਕੀ ਇੱਥੇ ਤੁਸੀਂ ਵਿਊ ਦੇਖ ਸਕਦੇ ਹੋ, ਬਹੁਤ ਹੀ ਅੱਛਾ। ਤੜਕੇ ਦੀ ਤਿਆਰੀ ਹੋ ਰਹੀ ਹੈ ਤੇ ਇਹ ਸਾਡੇ ਲਾਂਗਰੀ ਸਾਹਿਬ ਬਚ ਚੁੱਕੇ ਹਨ 6 ਤੇ ਅਸੀਂ ਜਾ ਰਹੇ ਹਾਂ ਪਾਣੀ ਭਰਨ ਵਾਟਰ ਲੈਣੇ। ਦੱਸਦੇ ਹਾਂ ਤੁਹਾਨੂੰ ਕਿੱਧਰ ਨੂੰ ਅਸੀਂ ਪਾਣੀ ਭਰਦੇ ਹਾਂ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ। ਓਕੇ ਅਸੀਂ ਭਰ ਲਿਆ ਪਾਣੀ, ਹੁਣ ਨਾਨੂ ਜੀ ਹੋਰ ਸਬਜ਼ੀ ਲੈਣ, ਕਹਿੰਦੇ ਮੈਂ ਖੀਰਾ ਵਗੈਰਾ ਦੇਖ ਲਾਂ। ਦਿਸ ਇਜ਼ ਅਵਰ ਥਰਡ ਡੇ ਐਂਡ ਵੀ ਆਰ ਲਿਵਿੰਗ ਫਰੋਮ ਹੇਅਰ ਉਧਮਪੁਰ। ਹਮ ਉਧਮਪੁਰ ਪਹੁੰਚ ਚੁੱਕੇ ਹਾਂ ਔਰ ਇਹ ਹਮ ਮਾਮਾ ਜੀ ਦੇ ਕੁਲਚੇ ਦੇ ਬਾਅਦ ਕੁਲਚਾ ਖਾ ਰਹੇ ਹਾਂ ਔਰ ਕਾਫੀ ਅੱਛਾ ਸਫ਼ਰ ਰਿਹਾ ਹਮਾਰਾ। ਮਾਮਾ ਜੀ ਕੇ ਬਾਅਦ ਕੁਲਚਾ ਇੰਜੋਏ ਕਰਦੇ ਹਾਂ। ਵੀਡੀਓ ਤੁਹਾਨੂੰ ਪਸੰਦ ਆਏ, ਕਿਸੇ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਅਗਰ ਤੁਸੀਂ ਨਏ ਹੋ ਮੇਰੇ ਚੈਨਲ 'ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ। ਸਬਸਕ੍ਰਾਈਬ ਕਰਕੇ ਜਿਹੜੇ ਨਾਲ ਬੈਲ ਆਈਕਨ ਆ ਉਹਨੂੰ ਔਨ 'ਤੇ ਕਲਿੱਕ ਕਰ ਦਿਓ, ਇਹਦੇ ਨਾਲ ਜਿਹੜੀ ਵੀ ਮੇਰੀ ਵੀਡੀਓ ਆਏਗੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੁੱਜ ਜਾਏਗੀ ਅਤੇ ਪਲੀਜ਼ ਕੀਪ ਸਪੋਰਟਿੰਗ। ਥੈਂਕ ਯੂ।